ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ 5-star ਮੂਵੀ ਰਿਵਿਊ ਸ਼ੋਅ ਵੀ ਸਾਡੇ ਸਾਰੇ ਦੇਸ਼ ਦੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਇਸ ਫਰਾਈਡੇ ਪੰਜਾਬੀ ਮੂਵੀ ਲੱਗੀ ਜੀ, ਮੂਵੀ ਦਾ ਨਾਮ ਹੈ ਲਾਈਏ ਜੇ ਯਾਰੀਆਂ। ਸੋ ਚੱਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਸੋਲੀਟੇਅਰ ਮਾਲ ਦੇ ਵਿੱਚ। ਰੂਪੀ ਗਿੱਲ, ਰੁਬੀਨਾ ਬਾਜਵਾ, ਅਮਰਿੰਦਰ ਗਿੱਲ ਔਰ ਨਾਲ ਹੀ ਨਾਲ ਹਰੀਸ਼ ਵਰਮਾ ਵਰਗੇ ਦਿੱਗਜ ਸਟਾਰ ਕਾਸਟ ਨਜ਼ਰ ਆਉਣਗੇ। ਤੇਰੀ ਮਾਲਕਣ ਜ਼ਿਆਦਾ ਕਰਨੀ? ਨਹੀਂ ਨਹੀਂ, ਮਾਸਾ ਵੀ ਨਹੀਂ। ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਫਿਲਮ ਦੀ ਜਿਹੜੀ ਕਹਾਣੀ ਹੈਗੀ ਹੈ ਉਹ ਟਰਾਂਸਪੋਰਟ ਕੰਪਨੀ ਦੀ, ਯਾਨੀ ਕਿ ਟਰੱਕ ਟਰਾਂਸਪੋਰਟ ਕੰਪਨੀ ਦੀ ਦਿਖਾਈ ਗਈ। ਸੋ ਦੋਸਤੋ ਵੇਲਾ ਆ ਚੱਲਿਆ ਦਰਸ਼ਕਾਂ ਨੂੰ ਫਿਲਮ ਕਿਸ ਤਰ੍ਹਾਂ ਹੀ ਲੱਗੀ ਆ ਉਹ ਚੱਲਦੇ ਸਮਾਰਟ ਸਿਟੀ ਲੁਧਿਆਣਾ ਦੇ ਸੋਲੀਟੇਅਰ ਮਾਲ ਦੇ ਵਿੱਚ। ਬਹੁਤ ਐਂਡ ਲੱਗੀ ਮੂਵੀ ਦਾ। ਫਿਲਮ ਕਿੱਦਾਂ ਲੱਗੀ? ਬਹੁਤ ਵਧੀਆ ਫਿਲਮ ਹੈ। ਭਾਜੀ ਫਿਲਮ ਕਿੱਦਾਂ ਲੱਗੀ? ਵਧੀਆ ਜੀ। ਤੇ ਫੈਮਿਲੀ ਫਿਲਮ ਹੈ? ਇਹ ਫੈਮਿਲੀ ਫਿਲਮ ਹੈ। ਅੱਛਾ, ਤੇ ਸਰ ਜ਼ਿਆਦਾ ਐਕਟਿੰਗ ਕਿੰਦੀ ਜ਼ਿਆਦਾ ਦੀ? ਫਿਲਮ ਦੀ। ਠੀਕ ਹੈ। ਤੇ ਕੁੜੀਆਂ ਵਿੱਚੋਂ? ਕੁੜੀਆਂ ਵਿੱਚੋਂ ਜਿਹੜੀ ਆਪ ਰੂਪੀ ਗਿੱਲ, ਰੂਪੀ ਗਿੱਲ ਆਈ ਉਹ। ਠੀਕ ਹੈ। ਰੂਪੀ ਗਿੱਲ ਦੀ ਐਕਟਿੰਗ ਕਿੱਦਾਂ ਲੱਗੀ? ਬਹੁਤ ਸੋਹਣੀ ਐਕਟਿੰਗ ਹੈ। ਤੇ ਅਮਰਿੰਦਰ ਗਿੱਲ ਦੀ ਐਕਟਿੰਗ? ਉਹ ਤਾਂ ਹੈ ਹੀ ਵਧੀਆ। ਹਰੀਸ਼ ਵਰਮਾ? ਉਹ ਤਾਂ ਉਹ ਵੀ ਤਾਂ ਕੀ ਕਹਿਣਾ। ਫਿਲਮ ਕਿੱਦਾਂ ਲੱਗੀ ਤੁਹਾਨੂੰ? ਠੀਕ ਹੈ, ਵਧੀਆ। ਐਕਟਿੰਗ ਸਾਰਾ ਵੀ ਵਧੀਆ ਲੱਗੀ ਤੁਹਾਨੂੰ? ਹਾਲੇ ਤੱਕ ਤਾਂ ਵਧੀਆ ਲੱਗੀ। ਠੀਕ ਹੈ ਸਰ, ਫਿਲਮ ਕਿੱਦਾਂ ਲੱਗੀ ਤੁਹਾਨੂੰ? ਵਧੀਆ ਫਿਲਮ। ਅੱਛਾ, ਐਕਟਿੰਗ ਕੁੜੀ ਦੀ ਕਿੱਦਾਂ ਲੱਗੀ? ਰੂਬੀਨਾ ਬਹੁਤ ਵਧੀਆ, ਵਧੀਆ, ਬਹੁਤ ਵਧੀਆ। ਅਮਰਿੰਦਰ ਗਿੱਲ ਦੀ ਐਕਟਿੰਗ ਕਿੱਦਾਂ ਲੱਗੀ? ਵਧੀਆ ਵਧੀਆ ਲੱਗੀ ਉਹਨਾਂ ਦੀ। ਤੇ ਮੂਵੀ ਦਾ ਸੌਂਗ? ਮੂਵ ਸੌਂਗ ਵਧੀਆ, ਇੱਕ ਹੀ ਆਇਆ ਸੌਂਗ ਜੀ। ਰੂਪੀ ਗਿੱਲ ਦੀ ਐਕਟਿੰਗ ਕਿੱਦਾਂ ਲੱਗੀ? ਹਰੀਸ਼ ਵਰਮਾ ਦੀ। ਠੀਕ ਹੈ। ਮੂਵੀ ਦਾ ਸੌਂਗ ਸਾਰੇ ਕਿੱਦਾਂ ਲੱਗੇ? ਬਹੁਤ ਵਧੀਆ ਜੀ, ਸੁਣਨ ਵਾਲੇ ਸਾਰੇ। ਫੈਮਿਲੀ ਫਿਲਮ ਆਈ, ਦੇਖਣ ਵਾਲੀ ਫਿਲਮ ਆਈ। ਫੈਮਿਲੀ ਹਰ ਕੋਈ ਬੰਦਾ ਫੈਮਿਲੀ ਲੈ ਕੇ ਆਪਣੀ ਦੇਖ ਸਕਦਾ ਜੀ ਇਹਨੂੰ। ਦੋਸਤੋ ਪ੍ਰੋਗਰਾਮ ਦੇ ਅਖੀਰ ਵਿੱਚ ਵਾਰੀ ਆਉਂਦੀ ਤੁਹਾਡੀ, ਯਾਨੀ ਕਿ ਦਰਸ਼ਕਾਂ ਨੇ ਫਿਲਮ ਨੂੰ ਕਿੰਨੇ ਸਟਾਰ ਦਿੱਤੇ? ਅਗਲੇ ਹਫ਼ਤੇ ਫਿਰ ਮਿਲਦੇ ਇੱਕ ਨਵੀਂ ਫਿਲਮ ਦੇ ਰਿਵਿਊ ਦੇ ਨਾਲ। ਕੈਮਰਾ ਪਰਸਨ ਬੀ ਮਨਜੀਤ ਔਰ ਹਰਦੀਪ ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ।